سیدنا ابراہیم علیہ السلام والسلام اللہ دے خلیل پیغمبر اللہ کو لو پتر مانگ دینے نا کہنے ربی ابلی من الصالحین اللہ پتر دے دے بے شک ایک ہو مگر نیک ہو صالحین صالح صالح نیک لوگاں چ ہونا چاہیے اللہ نیک ہونا چاہیے ذریتاں طیباتاں حضرت زکریا علیہ السلام بھی دعا کردے سن ذریتاں طیباتاں اللہ اکوئی پتر بے شک ہووے مگر نیک بیٹا عطا فرما دے ویکھو اسی طریقے نال ابراہیم خلیل نے رب کولو منگے آئے کہندے نے اللہ سونے ربی حبلی من الصالحین اللہ سونے نیک بیٹا عطا فرما دے اللہ کو منگیا ایک اللہ نے دو عطا فرما چھڑے جی ایک جناب حضرت اسماعیل علیہ السلام عطا فرمائے دوسرے حضرت اسحاق علیہ السلام عطا فرمائے دو بیٹے اللہ نے دے چھڑے اور کہندے کی نے میں اتھو گل شروع کیتی سی الحمدللہ الذی وغب لی علی الکبر اسماعیل و اسحاق اللہ سونے دا شکر شکر اس ذات دا جلے بڑھاپے دے اندر ابراہیم اسماعیل اور اسحاق عطا فرمائے نال کہندے نے ان ربی لسمیع الدعاء بے شک میرا رب دعاواں دا سننے والا اے اللہ اکبر اللہ میرے کو شکریہ دا بل دس دے گئے نا جی میرے پیارے ویر توجہ فرما دیا جانا ایتھے مولانا ابراہیم خادم اے تاندلیاں والے انواں نے دے باسی کیا خوب فرما گئے اللہ انہاں دی قبر تے کروڑوں رحمتاں فرمائے اللہ اکبر کہندے نے جے دیوے تے دندہ اللہ نے تو اسے تے رکھت سلانی جیڑا بھردائے ہر کہندہ پلانی تیرا ہو جائے گا بیڑا پار نیک دن مر جائیں گی اللہ باجنا غیر بکار نیک دن مر جائیں گی کتے پتر دیتی جاندائے کتے دھیائی دھیاں تاندائے کتے رروی بارش پاندائے کئی لیاں ہے انکار نیک دن مر جائیں گی اللہ باجنا غیر پکار نیک دن مر جائیں گی جد موت آوے تقدیران دی اوتھے لتنی اڑ دی نہیں اونا لکھے آئے پیران دا لفظ میں تے جناب ساری دنیا نو مٹھا ساں بڑھ دا پھرنا ہنی حالات دنالنا ترمیم ہونی چاہی دیئے جی جد موت آوے تقدیران دی او تے لطنی اڑ دی ویران دی ویران دی کہاں جی ہون کسے نو چوبے گا نہیں کہیں انو پیران دا نا لاؤ تے وہ چوبے گا کہاں جی محسوس کرنگے لوگ ہیں لیکن میرے ویر ادھر رکھو اللہ اکبر اللہ ویسے تے لگتاں تے کسے دیاں وینی اڑ دیاں جدو موت آ جاوے اللہ نا نبیاں تے ولیاں نا پیران تے نا مریدان ہیں کسے دیاں نا پیران دیاں نا ویران دیاں لات تے ہر سکتی نہیں اسے واسطے تے ہر دلائیاں جد موت آوے تقدیران دی او تے لات لی اڑ دی ویران دی نازو
ਜ਼ੋਰਵਰਾਂ ਅਮੀਰਾਂ ਦੀ ਜਦ ਖਿੱਚ ਲੈਂਦਾ ਏ ਰੱਬ ਤਾਰ ਨੀ ਇੱਕ ਦਿਨ ਮਰ ਜਾਏਗੀ ਅੱਲਾ ਬਾਜਨ ਗੈਰ ਪੁਕਾਰ ਨੀ ਇੱਕ ਦਿਨ ਮਰ ਜਾਏਗੀ ਸ਼ੁਕਰੀਏ ਦਾ ਵੱਲ ਦੱਸਦੇ ਗਏ ਹਜ਼ਰਤ ਇਬਰਾਹੀਮ ਖਲੀਲ ਕਹਿੰਦੇ ਅਲਹਮਦੁਲਿਲਾਹ ਅਲਜ਼ੀ ਵਗਬ ਲੀ ਅਲਲ ਇਸ ਅਲਲ ਕਿਬਾਰੀ ਇਸਮਾਇਲ ਵ ਇਸਹਾਕ ਇਨ ਰੱਬੀ ਲਸਮੀਉ ਦੁਆ ਬੇਸ਼ੱਕ ਅੱਲਾ ਦੁਆਵਾਂ ਦਾ ਸੁਣਨ ਵਾਲਾ ਏ ਉਹ ਤੂੰ ਤੇ ਆਪਣੇ ਵਾਸਤੇ ਮੰਗੇ ਤੇ ਫਿਰ ਵੀ ਅੱਲਾ ਤੈਨੂੰ ਨਾ ਮੋੜੇ ਜੇ ਕਿਸੇ ਨੂੰ ਆਪਣੀਆਂ ਦੁਆਵਾਂ ਚ ਯਾਦ ਰੱਖੇ ਜਿਹੜਾ ਕਹਿੰਦਾ ਏ ਮੁਝੇ ਆਪਣੀ ਦੁਆਵਾਂ ਮੈਂ ਯਾਦ ਰੱਖਣਾ ਤੇ ਫਿਰ ਅੱਲਾ ਤੇਰੀ ਕਿਵੇਂ ਮੋੜੇਗਾ ਦੂਸਰੇ ਵਾਸਤੇ ਦੁਆ ਕਰਨਾ ਉਹ ਤੇ ਅੱਲਾ ਮੋੜਦਾ ਹੀ ਨਹੀਂ ਗੈਬ ਗੈਬ ਵਾਸਤੇ ਦੁਆ ਕਰੇ ਅੱਲਾਹੁ ਅਕਬਰ ਉਹ ਬਹੁਤ ਜਲਦੀ ਕਬੂਲ ਹੁੰਦੀ ਹੈ ਉਹਦੇ ਅੰਦਰ ਇਖਲਾਸ ਮੌਜੂਦ ਹੁੰਦਾ ਹੈ ਅੱਲਾਹੁ ਅਕਬਰ ਅੱਲਾ ਕਹਿੰਦੇ ਕੀ ਨੇ ਰੱਬੀ ਜਅਲਨੀ ਮੁਕੀਮ ਅਸ-ਸਲਾਤੀ ਵਮਿਨ ਜ਼ੁਰਿਯਤੀ ਅੱਲਾ ਮੈਨੂੰ ਨਮਾਜ਼ਾਂ ਦੇ ਕਾਇਮ ਕਰਨੇ ਵਾਲਾ ਬਣਾ ਦੇਖੋ ਪੈਗੰਬਰ ਏ ਕਹਿੰਦੇ ਨੇ ਅੱਲਾ ਜੀ ਹੁਣ ਸ਼ੁਕਰੀਆ ਤੇ ਤਾਂ ਹੀ ਤੇਰਾ ਅਦਾ ਹੋਏਗਾ ਸਿਰਫ ਲਫ਼ਜ਼ ਸ਼ੁਕਰੀਆ ਦੇ ਅਦਾ ਕਰਨ ਨਾਲ ਸ਼ੁਕਰੀਆ ਅਦਾ ਨਹੀਂ ਜੇ ਹੁੰਦਾ ਬਲਕਿ ਅੱਲਾ ਦੇ ਸਾਹਮਣੇ ਕਿਤੇ ਹੱਥ ਬੰਨ ਕੇ ਖੜਾ ਹੋ ਜਾ ਕਿਧਰੇ ਰਕੂ ਅੰਦਰ ਰੋਈ ਜਾ ਕਿਧਰੇ ਸਜਦਿਆਂ ਅੰਦਰ ਡਿੱਗ ਪੇ ਡਿੱਗ ਕੇ ਆਂਸੂ ਵਹਾਈ ਜਾ ਇਹ ਜੇ ਸ਼ੁਕਰੀਆ ਕਹਿੰਦੇ ਨੇ ਅੱਲਾ ਬੁੱਢੇ ਇਬਰਾਹੀਮ ਨੂੰ ਬੇਟੇ ਤੇ ਇੱਕ ਬੇਟਾ ਮੰਗਿਆ ਤੇ ਦੋ ਦੇ ਛੱਡੇ ਨੇ ਅੱਲਾ ਤੂੰ ਮੇਰੀਆਂ ਦੁਆਵਾਂ ਦਾ ਸੁਣਨੇ ਵਾਲਾ ਏ ਹੁਣ ਮੈਂ ਤੇਰਾ ਸ਼ੁਕਰੀਆ ਅਦਾ ਇਵੇਂ ਤਰ੍ਹਾਂ ਇਵੇਂ ਕਰਾਂਗਾ ਮਗਰ ਕਰ ਮੈਂ ਤਾਂ ਸਕਲਾ ਜੇ ਤੂੰ ਮੈਨੂੰ ਤੋਫੀਕਾਂ ਦੇਵੇਂ ਅੱਲਾ ਤੋਫੀਕ ਤੇਰੀ ਹੋਏਗੀ ਅੱਲਾ ਸੋਹਣਿਆ ਔਰ ਜਨਾਬ ਫਿਰ ਵੇਖ ਹਾਂਜੀ ਅੱਲਾ ਤੋਫੀਕ ਤੇਰੀ ਹੋਏਗੀ ਤੇ ਸਜਦੇ ਅੰਦਰ ਡੀਕ ਮੇਰੀ ਹੋਏਗੀ ਫਿਰ ਵੇਖ ਕਿਵੇਂ ਡੀਕਾਂ ਨਿਕਲਦੀਆਂ ਕਿਵੇਂ ਚੀਖਾਂ ਲੱਗਦੀਆਂ ਅੱਲਾ ਦੇ ਸਾਹਮਣੇ ਫਰਿਆਦਾਂ ਡੀਕ ਦਾ ਮੈਨਾਂ ਫਰਿਆਦ ਏ ਅੱਲਾ ਫਿਰ ਉਸ ਵੇਲੇ ਹੰਝੂ ਤੇ ਆਂਸੂ ਅੱਲਾ ਹਾਂਜੀ ਇਹ ਤੋਫੀਕ ਸ਼ੁਕਰੀਏ ਦੀ ਤੇਰੀ ਹੋਏਗੀ ਖਿਆਮ ਅੰਦਰ ਰਖੂ ਅੰਦਰ ਸਜਦੇ ਅੰਦਰ ਡੀਕ ਮੇਰੀ ਹੋਏਗੀ ਫਿਰ ਰੱਬ ਦਾ ਤੇ ਉਹਦੇ ਬੰਦੇ ਦਾ ਮੁਆਮਲਾ ਇੰਜ ਤੈ ਹੋਏਗਾ ਕਹਿੰਦੇ ਨੇ ਅੱਲਾ ਸੋਹਣਿਆ ਬਸ ਮੈਨੂੰ ਤੋਫੀਕਾਂ ਦੇਵੀ ਰੱਬੀ ਜਅਲਨੀ ਮੁਕੀਮ ਅਸ-ਸਲਾ ਅੱਲਾ ਨਮਾਜ਼ ਪੜ੍ਹਦਾ ਰਵਾਂ ਤੇਰੇ ਸਾਹਮਣੇ ਸਜਦੇ ਕਰਦਾ ਰਵਾਂ ਅੱਲਾਹੁ ਅਕਬਰ ਨਾਲ ਕਹਿੰਦੇ ਨੇ ਓ ਮੀਆ ਜ਼ੁਰੀਅਤੀ ਅੱਲਾ ਮੇਰੀ ਔਲਾਦ ਵੀ ਕੀ ਮਤਲਬ ਉਹ ਵੀ ਸਜਦੇ ਕਰਨ ਵਾਲੀ ਹੋਵੇ ਉਹ ਵੀ ਆਂਸੂ ਬਹਾਉਣ ਵਾਲੀ ਅੱਲਾ ਤੇਰੀ ਨਮਾਜ਼ ਪੜ੍ਹਨੇ ਵਾਲੀ ਹੋਵੇ ਵਦਨ ਵਤਕਬਲ ਦੁਆ ਰੱਬਨਾ ਇਹ ਸਾਡੇ ਰੱਬ ਜੀ ਅੱਲਾ ਸੋਹਣਿਆ ਵਤਕਬਲ ਦੁਆ ਅੱਲਾ ਮੇਰੀ ਦੁਆ ਨੂੰ ਅੱਖਾਂ ਨੂੰ ਉੱਠ ਕੇ ਕਬੂਲ ਫਰਮਾ ਲੈ ਮੌਲਾਨਾ ਮੁਹੰਮਦ ਰਫੀਕ ਮਦਨਪੁਰੀ ਦੇ ਅਲਫਾਜ਼ ਮੈਂ ਤੇ ਤਾਲਿਬ ਇਲਮ ਆ ਨਾ ਉਲਮਾ ਕੋਲ ਸੁਣ ਕੇ ਕਿਤਾਬਾਂ ਪੜ੍ਹ ਕੇ ਹਦੀਸਾਂ ਸ਼ਰੂਹਾਂ ਤਫਸੀਰਾਂ ਔਰ ਕੁਰਾਨ ਓ ਹਦੀਸ ਦਾ ਖੂਬ ਮੁਤਾਲਿਆ ਕਰਕੇ ਜਨਾਬ ਦੀ ਖਿਦਮਤ ਅੰਦਰ ਖੜਾ ਹੁੰਦਾ ਔਰ ਪੂਰੀ ਤਿਆਰੀ ਦੇ ਨਾਲ ਅੱਲਾ ਦੇ ਫਜ਼ਲ ਨਾਲ ਬਿਆਨ ਕਰੀਦਾ ਔਰ
ਜ਼ਿਹਨ ਚ ਇਹ ਹੁੰਦਾ ਕਿ ਜਿਹੜੇ ਪਿਆਰੇ ਪਿਆਰੇ ਏਡੀ ਏਡੀ ਦੂਰੋਂ ਕੀਮਤੀ ਵਕਤ ਕੱਢ ਕੇ ਮੇਰੇ ਹਾਜੀ ਹਬੀਬ ਸਾਹਿਬ ਮਾਸ਼ਾ ਅੱਲਾ ਕੋਟ ਰਾਧਾ ਕ੍ਰਿਸ਼ਨ ਜ਼ਿਲ੍ਹਾ ਕਸੂਰ ਤੋਂ ਔਰ ਦੂਰ ਦੂਰ ਤੋਂ ਕੋਈ ਮੇਰੇ ਸਾਥੀ ਗੁਜਰਾਂ ਵਾਲੇ ਤੋਂ ਕੋਈ ਤਾਂਦਲਿਆਂ ਵਾਲੇ ਤੋਂ ਤਨਵੀਰ ਸਾਹਿਬ ਆਏ ਬੈਠੇ ਸਿਆਲਕੋਟ ਤੱਕ ਬੰਦੇ ਮਾਸ਼ਾ ਅੱਲਾ ਔਰ ਇਸੇ ਤਰ੍ਹਾਂ ਲਾਹੌਰ ਦੇ ਸਾਥੀ ਮੇਰੇ ਸਾਹਮਣੇ ਨਜ਼ਰ ਆ ਰਹੇ ਨੇ ਬਾਦੂ ਕਾਤ ਉੱਥੇ ਚਿਹਰੇ ਨਜ਼ਰ ਆਉਂਦੇ ਨੇ ਨਾਂ ਮੈਨੂੰ ਭੁੱਲ ਜਾਂਦੇ ਨੇ ਇਤਨੀ ਇਤਨੀ ਦੂਰੋਂ ਲੋਕ ਆਏ ਹੋਏ ਹਰ ਸ਼ਹਿਰ ਚੋਂ ਹਰ ਮੁਹੱਲੇ ਦੇ ਵਿੱਚੋਂ ਅੱਲਾ ਦੇ ਫਜ਼ਲ ਨਾਲ ਦੋਸਤ ਤਸ਼ਰੀਫ ਲਿਆਉਂਦੇ ਨੇ ਮੈਂ ਕਹਿੰਦਾ ਏਡਾ ਕੀਮਤੀ ਵਕਤ ਕੱਢ ਕੇ ਏਡਾ ਲੰਮਾ ਸਫ਼ਰ ਕਰਕੇ ਆਉਂਦੇ ਹੋ ਤੁਹਾਡੇ ਇਸ ਵਕਤ ਨੂੰ ਮਜ਼ੀਦ ਕੀਮਤੀ ਬਣਾਉਣ ਵਾਸਤੇ ਮੈਂ ਦਿਨ ਰਾਤ ਇੱਕ ਕਰ ਦਿੰਦਾ ਅੱਲਾ ਦੇ ਫਜ਼ਲ ਨਾਲ ਅੱਲਾ ਦੀ ਮਿਹਰਬਾਨੀ ਨਾਲ ਕਿ ਤੁਹਾਡਾ ਇੱਕ ਲੰਮਾ ਵੀ ਹਾਂਜੀ ਜ਼ਾਇਰ ਨਾ ਹੋਵੇ ਅੱਲਾ ਦੇ ਫਜ਼ਲ ਨਾਲ ਇਸ ਤਾਲਬ ਇਲਮ ਦੇ ਕੋਲੋਂ ਜਿਹੜਾ ਸਾਥੀ ਜੁਮਾ ਪੜ੍ਹ ਕੇ ਜਾਂਦਾ ਅੱਲਾ ਦੀ ਮਿਹਰਬਾਨੀ ਨਾਲ ਇੰਝ ਨਹੀਂ ਕਹੇਗਾ ਯਾਰ ਸਾਡਾ ਵਕਤ ਹੀ ਜ਼ਾਇਆ ਹੋਇਆ ਹੈ ਸਾਡੇ ਪੱਲੇ ਪੇੜ ਪੱਲੇ ਹੀ ਕੁਝ ਨਹੀਂ ਪਾਇਆ ਇਹ ਨਹੀਂ ਇਨਸ਼ਾਅੱਲਾ ਬਾਤ ਹੋਏਗੀ ਕੋਈ ਬੰਦਾ ਜ਼ਿਹਨ ਚ ਲੈ ਕੇ ਨਹੀਂ ਉੱਠੇਗਾ ਇੱਥੋਂ ਇੱਧਰ ਵੇਖਣਾ ਜ਼ਰਾ ਕਹਿੰਦੇ ਕੀ ਨੇ ਅੱਲਾ ਸੋਹਣਿਆ ਅੱਲਾਹ ਅਕਬਰ ਮੈਂ ਤੇ ਕਹਿਣਾ ਇੰਜ ਤਰਜਮਾ ਕਰਦੇ ਹੋ ਅੱਲਾ ਸਾਡੀਆਂ ਗਲਤੀਆਂ ਬਣੇ ਨਾ ਵੇਖੀ ਵਤਕਬਲ ਦੁਆ ਅੱਲਾ ਸਾਡੀਆਂ ਕਮਜ਼ੋਰੀਆਂ ਬਲੇਨਾ ਵੇਖੀ ਦਰ ਗੁਜ਼ਰ ਕਰਦਿਆਂ ਹੋਇਆ ਅੱਲਾ ਉਹਨਾਂ ਤੋਂ ਚਸ਼ਮ ਪੋਸ਼ੀ ਫਰਮਾ ਦਿਆਂ ਹੋਇਆ ਅੱਲਾ ਸਾਡੀ ਮੇਰੀ ਦੁਆ ਨੂੰ ਕਬੂਲ ਫਰਮਾ ਲੈ ਜਿਵੇਂ ਕਹਿੰਦੇ ਨੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨਾਲ ਕਹਿੰਦੇ ਨੇ ਜਦੋਂ ਰੱਬ ਨਾਲ ਕਾਲ ਮਿਲ ਗਈ ਕਾਲ ਰੱਬ ਨਾਲ ਕਾਲ ਅੱਲਾਹ ਅਕਬਰ ਅੱਲਾ ਤੇ ਉਹਨਾਂ ਲੋਕਾਂ ਵਾਸਤੇ ਦੁਆ ਕਰਦੇ ਪਏ ਨੇ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਜ਼ੁਬਾਨੇ ਹਾਲ ਨਾਲ ਕਹਿੰਦੇ ਗਏ ਹਰ ਬੰਦਾ ਹੀ ਕਹਿੰਦਾ ਗਿਆ ਮੁਝੇ ਆਪਣੀ ਦੁਆਓਂ ਮੇ ਯਾਦ ਰੱਖਣਾ ਸੁਬਾਨ ਅੱਲਾ ਮੁਝੇ ਆਪਣੀ ਦੁਆਓਂ ਮੇ ਯਾਦ ਰੱਖਣਾ ਉਹਨਾਂ ਵਾਸਤੇ ਕਹਿੰਦੇ ਕੀ ਨੇ ਅੱਲਾਹ ਅਕਬਰ ਅੱਲਾ ਮੈਨੂੰ ਵੀ ਤੇ ਮੁਆਫ ਫਰਮਾ ਦੇ ਅੱਲਾ ਅੱਲਾ ਮੇਰੇ ਵਾਲਦੈ ਨੂੰ ਵੀ ਮੁਆਫ ਫਰਮਾਈ ਵਲਿਲ ਮੁਮਿਨੀਨ ਮੁਖਲਸ ਤੇ ਹੋਏ ਇਹਨੂੰ ਕਹਿੰਦੇ ਨੇ ਮੁਖਲਸ ਅੱਲਾਹ ਅਕਬਰ ਮੇਰੇ ਤੁਹਾਡੇ ਵਾਸਤੇ ਵੀ ਸੈਯਦਨਾ ਇਬਰਾਹੀਮ ਦੁਆ ਫਰਮਾ ਰਹੇ ਨੇ ਗੱਲਾਂ ਮੁਖਲਸ ਬੰਦਾ ਉਹਨੂੰ ਕਿਹਾ ਜਾਵੇ ਨਾ ਕਿਹਾ ਜਾਵੇ ਉਹ ਚਾਹੁੰਦਾ ਕਿ ਆਪਣੀਆਂ ਦੁਆਵਾਂ ਚ ਦੂਸਰਿਆਂ ਨੂੰ ਵੀ ਯਾਦ ਰੱਖੇ ਹਦੀਸੇ ਪਾਕ ਅੰਦਰ ਆਉਂਦਾ ਨਾ ਜਿਹੜਾ ਕਿਸੇ ਵਾਸਤੇ ਜਿਹੜੀ ਚੀਜ਼ ਮੰਗਦਾ ਕਿਸੇ ਆਪਣੇ ਭਰਾ ਵਾਸਤੇ ਚੀਜ਼ ਅੱਛੀ ਚੀਜ਼ ਮੰਗਦਾ ਦੁਆ ਕਰਦਾ ਅੱਲਾ ਉਸ ਮੰਗਣ ਵਾਲੇ ਨੂੰ ਬਿਨ ਮੰਗਿਆ ਉਹੋ ਹੀ ਚੀਜ਼ ਉਹਨੂੰ ਵੀ ਅਤਾ ਫਰਮਾ ਦੇਗਾ ਅੱਲਾਹ ਅਕਬਰ ਅੱਲਾ